ਲਓ ਜੀ, ਮੈਂ ਤੁਹਾਨੂੰ ਜਿਵੇਂ ਪ੍ਰੋਮਿਸ ਕੀਤਾ ਸੀ ਕਿ ਮੇਰੇ ਅਗਲਾ ਸਟੇਟਸ ਜਲਦੀ ਆ ਰਿਹਾ, ਤੁਹਾਨੂੰ ਟੇਸਟ ਦੱਸਣ ਵਾਸਤੇ ਕਿ ਅੱਜ ਸਬਜ਼ੀ ਕਿੱਦਾਂ ਦੀ ਬਣੀ ਹੈ। ਮੇਰੀ ਵਾਈਫ ਸਾਹਿਬਾ ਕਹਿ ਰਹੇ ਨੇ ਕਿ ਪਹਿਲਾਂ ਗੁਰੂ ਮਹਾਰਾਜ ਦੀ ਫੋਟੋ ਕੀ ਅਰਦਾਸ ਕਰ ਦਿਓ, ਉਹ ਅਰਦਾਸ ਹੁਣੇ ਕੀਤੀ ਜਾ ਰਹੀ ਹੈ। ਫਿਰ ਨਿਮਾਣੇ ਦਾਣ ਤਾਣੇ ਤਾਣ ਨਿਓ ਵਾਹਿਗੁਰੂ ਆਪ ਦਾ ਉਟਾਸਰਾ ਲੈ ਕੇ ਦੁਪਹਿਰ ਦਾ ਭੋਜਨ ਹਾਜ਼ਰ ਹੈ। ਆਪ ਜੀ ਚੱਕੋ ਤੇ ਸੰਗਤ ਨੂੰ ਚੱਕਣ ਦੀ ਆਗਿਆ ਬਖਸ਼ੋ। ਤੋਗਰ ਪਾਤੇ ਸੁਖ ਪਾਇਆ, ਤੋਗਰ ਦਿੱਤਾ ਦਿੱਤਾ ਇੱਕ ਸਭ ਕੁ ਦੇਵਣ ਹਾਰ, ਦਿੰਦੇ ਤੋੜਨਾ ਹੋਈ ਗੰਧ ਭਰੇ ਭੰਡਾਰ, ਨਾਨਕ ਪੁੱਛੀਆਂ ਪਕਾਈਆਂ ਪਾਈਆਂ ਥਾਲੇ ਮਾਏ, ਜਿੰਨੀ ਗੁਰ ਮਨਾਇਆ ਰਾਜ ਸਹੀ ਖਾਏ, ਜਿਸ ਹੱਦ ਤੱਕ ਖਾਣਾ ਤਿਸ ਕਰੀਏ ਸ਼ਾਬਾਸ਼। ਹੁਣ ਅਸੀਂ ਸ਼ੁਰੂ ਕਰਦੇ ਹਾਂ ਲੰਗਰ ਛਕਣਾ। ਇਹ ਹੁਣ ਅੰਮ੍ਰਿਤ ਬਣ ਗਿਆ ਕਿਉਂਕਿ ਇਹ ਦੁਪਹਿਰਾ ਬਾਣੀ ਪੜੀ ਗਈ। ਇਹ ਅਸੀਂ ਆਪਣੀ ਵਾਈਫ ਸਾਹਿਬਾ ਤੋਂ ਸਿੱਖਿਆ ਔਰ ਬੱਚੇ ਵੀ ਸਿੱਖ ਰਹੇ ਨੇ। ਬੋਲੇ ਜੀ ਸੋਨੇਹਾ ਸਤਿ ਸ੍ਰੀ ਅਕਾਲ। ਆਹ ਵਾਹ ਜੀ ਵਾਹ, ਕਿਆ ਸਵਾਦ ਹੈ। ਤੇ ਇਹ ਚੱਲਿਆ ਜੰਮੂ ਜੀ ਸਲਾਦ। ਵਾਹ ਜੀ ਵਾਹ, ਇਹ ਰਹਿਤਾ ਮੈਂ ਜਿੰਨਾ ਮਰਜ਼ੀ ਰਹਿਤਾ ਖਾ ਲਵਾਂ, ਪਰ ਕੋਈ ਰਹਿਤਾ ਮੇਰਾ ਫੇਵਰੇਟ ਹੈ। ਇਹ ਗੱਲ ਮੈਨੂੰ ਨੂੰ ਪਤਾ, ਅਗਰ ਨਾ ਜਾਵਾਂ ਉਹ ਸਪੈਸ਼ਲ ਉਹਨੇ ਪਕੌੜੀ ਰਹਿਤਾ ਪਾਣਾ ਹੀ ਪਾਣਾ। ਬੋਲੇ ਬੋਲੇ।